ਕੈਲੀਫੋਰਨੀਆ ਦੇ ਸਾਨੀਵਿਲ ਵਿੱਚ ਸਿਟੀ ਕੌਂਸਲ ਚੋਣਾਂ ਵਿੱਚ ਇੱਕ ਭਾਰਤੀ ਅਮਰੀਕੀ ਇੰਜੀਨੀਅਰ ਨੇ ਸਖਤ ਦੌੜ ਵਿੱਚ ਸਿਰਫ ਇੱਕ ਵੋਟ ਨਾਲ ਜਿੱਤ ਹਾਸਲ ਕੀਤੀ ਦੀ ਮਰਕਰੀ ਨਿਊਜ਼ ਮੁਤਾਬਕ ਮੁਰਲੀ ਸ਼੍ਰੀ ਨਿਵਾਸਨ ਸਾਨੀਵਿਲ ਵਿੱਚ ਚੁਣੇ ਗਏ ਪਹਿਲੇ ਭਾਰਤੀ ਮੂਲ ਦੇ ਕੌਂਸਲ ਮੈਂਬਰ ਅਤੇ ਜ਼ਿਲ੍ਹਾ 3 ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਉਮੀਦਵਾਰ ਬਣ ਗਏ ਜ਼ਿਲ੍ਹਾ 3 ਦੀ ਸਥਾਪਨਾ 2020 ਵਿੱਚ ਕੀਤੀ ਗਈ ਸੀ ਜਦੋਂ ਸ਼ਹਿਰ ਨੇ ਜ਼ਿਲ੍ਹਾ ਅਧਾਰਿਤ ਚੋਣ ਪ੍ਰਣਾਲੀ ਬਦਲਣ ਲਈ ਵੋਟ ਦਿੱਤੀ ਸੀ ਅਤੇ ਯੂਐਸ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ 'ਤੇ 6 ਜ਼ਿਲ੍ਹੇ ਬਣਾਏ ਸਨ ਸ਼੍ਰੀ ਨਿਵਾਸਨ ਨੇ ਜਿੱਤੇ 2813 ਵੋਟਾਂ ਮਿਲੀਆਂ ਉੱਥੇ ਹੀ ਉਹਨਾਂ ਦੇ ਵਿਰੋਧੀ ਜਸਟਿਨ ਵੈਨ ਨੂੰ 2812 ਵੋਟਾਂ ਨਾਲ ਦੌਰ ਸਮਾਪਤ ਕੀਤੀ। ਸ਼੍ਰੀ ਨਿਵਾਸਨ ਨੇ ਦੀ ਮਰਕਰੀ ਨਿਊਜ਼ ਨੂੰ ਦੱਸਿਆ ਜੇ ਤੁਸੀਂ ਜ਼ਿਲ੍ਹਾ 5 ਅਤੇ ਜ਼ਿਲ੍ਹਾ 3 ਨੂੰ ਵੇਖਦੇ ਹੋ ਤਾਂ ਤੁਸੀਂ ਲਗਭਗ 1100 ਹੋਰ ਵੋਟਾਂ ਹਾਸਲ ਕੀਤੀਆਂ ਨੇ ਉਹਨਾਂ ਕਿਹਾ ਇਹ ਯਕੀਨੀ ਤੌਰ ਤੇ ਲੋਕਤੰਤਰ ਅਤੇ ਜ਼ਿਲ੍ਹਾ 3 ਦੇ ਵੋਟਰਾਂ ਲਈ ਇੱਕ ਵੱਡੀ ਜਿੱਤ ਹੈ ਜਿਸ ਦਾ ਸਿਹਰਾ ਉਹਨਾਂ ਨੂੰ ਜਾਣਾ ਚਾਹੀਦਾ ਹੈ ਉਹਨਾਂ ਅੱਗੇ ਕਿਹਾ ਚੋਣ ਨਤੀਜਿਆਂ ਦੀ ਉਡੀਕ ਦਿਲਚਸਪ ਅਤੇ ਤਣਾਪੂਰਨ ਸੀ ਉਹਨਾਂ ਅਖਬਾਰ ਨੂੰ ਦੱਸਿਆ ਕਿ ਉਹ ਸਨਿਵੇਲ ਦੀ ਸਥਾਨਕ ਸਰਕਾਰ ਦੇ ਅਧੀਨ ਭਾਰਤੀ ਅਮਰੀਕੀ ਪਾਈਚਾਰੇ ਦੀ ਨੁਮਾਇੰਦਗੀ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਨੇ ਕਾਉਂਸਲ ਮੈਂਬਰ ਹੋਣ ਦੇ ਨਾਤੇ ਉਹ ਕਿਫਾਇਤੀ ਰਿਹਾਇਸ਼ਾ ਤੱਕ ਪਹੁੰਚ ਦੇ ਕਾਟਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਕਰਦੇ ਨੇ ਉਹ ਸ਼ਹਿਰ ਵਿੱਚ ਨਾਗਰਿਕ ਜੁੜਾਅ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਤੇ ਵੀ ਕੰਮ ਕਰਨਗੇ ਸ਼੍ਰੀ ਨਿਵਾਸਨ ਜੋ 3 ਜਨਵਰੀ 2023 ਨੂੰ ਕੌਂਸਲ ਦੀ ਮੀਟਿੰਗ ਵਿੱਚ ਸੌ ਚੱਕਣਗੇ ਬੈਂਗਲੁਰੂ ਵਿੱਚ ਵੱਡੇ ਹੋਏ ਨੇ ਉਹਨਾਂ ਦੀ ਵੈੱਬਸਾਈਟ ਦੇ ਅਨੁਸਾਰ ਸ਼੍ਰੀ ਨਿਵਾਸਨ ਆਪਣੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਲਈ ਭਾਰਤ ਤੋਂ ਅਮਰੀਕਾ ਆਏ ਸਨ ਸ਼੍ਰੀ ਨਿਵਾਸਨ ਨੇ ਸਟੈਂਫੋਰਡ ਯੂਨੀਵਰਸਿਟੀ ਤੋਂ ਵਰਜੀਨੀਆ ਟੈਕ ਅਤੇ ਇੰਜੀਨੀਅਰਿੰਗ ਮੈਨੇਜਮੈਂਟ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਸ ਕੀਤੀ ਹੈ